ਵਿਸਾਖੀ ਦੇ ਇਸ ਫੰਕਸ਼ਨ ਦੇ ਉੱਤੇ ਸਾਰੇ ਭਾਈਚਾਰੇ ਨੂੰ ਲੱਖ ਲੱਖ ਵਧਾਈ ਹੋਵੇ ਜੀ। ਜਿਸ ਤਰ੍ਹਾਂ ਕਿ ਤੁਹਾਨੂੰ ਪਿੱਛੇ ਦੇਖ ਰਹੇ ਹਾਂ ਤੁਸੀਂ ਔਰ ਤੁਹਾਨੂੰ ਆਵਾਜ਼ ਆ ਰਹੀ ਆ, ਬਹੁਤ ਹੀ ਰੰਗਾਰੰਗ ਪ੍ਰੋਗਰਾਮ ਚੱਲ ਰਿਹਾ ਔਰ ਵੱਧ ਚੜ੍ਹ ਕੇ ਸਾਰੀ ਕਮਿਊਨਿਟੀ ਇਹਦੇ ਵਿੱਚ ਭਾਗ ਲੈ ਰਹੀ ਆ। ਸੋ ਥੈਂਕ ਯੂ ਵੈਰੀ ਮੱਚ ਔਨ ਬਿਹਾਫ ਫੋਰ ਪ੍ਰੀਮੀਅਰ, ਜਿੰਨੇ ਸਾਡੇ ਕੋਲੀਗਸ ਹੈਗੇ ਅਲਬਰਟਾ ਲੈਜਿਸਲੇਚਰ ਦੇ, ਸਾਰਿਆਂ ਦੇ ਬਿਹਾਫ ਦੇ ਉੱਤੇ ਪੂਰੇ ਦੇ ਪੂਰੇ ਭਾਈਚਾਰੇ ਨੂੰ ਇਸ ਬਹੁਤ ਹੀ ਵਧੀਆ ਵਿਸਾਖੀ ਦੇ ਦਿਨ 'ਤੇ ਲੱਖ ਲੱਖ ਵਧਾਈ ਹੋਵੇ ਜੀ। ਥੈਂਕ ਯੂ ਵੈਰੀ ਮੱਚ। ਪਲੱਸ ਜੋ ਅੱਜ ਦੇ ਇਸ ਪ੍ਰੋਗਰਾਮ ਦੇ ਔਰਗਨਾਈਜ਼ਰ ਹਨ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਪ੍ਰੋਗਰਾਮ ਔਰਗਨਾਈਜ਼ ਕੀਤਾ, ਵੈਰੀ ਓਰਡਰਲੀ ਔਰ ਵਧੀਆ ਤੋਂ ਵਧੀਆ ਕਲਾਕਾਰ ਸਾਰਿਆਂ ਦਾ ਮਨੋਰੰਜਨ ਕਰ ਰਹੇ ਆ। ਥੈਂਕ ਯੂ ਵੈਰੀ ਮੱਚ। ਮੈਨੂੰ ਅੱਜ ਇੱਥੇ ਆ ਕੇ ਬੜਾ ਵਧੀਆ ਲੱਗ ਰਿਹਾ, ਸਾਡੇ ਪਿਆਰੇ ਦੋਸਤ ਘੁੰਮਣ ਸਾਹਿਬ ਅਤੇ ਨਾਲ ਨਾਲ ਜਰਨੈਲ ਸਿੰਘ ਬਸੋਤਾ ਅਤੇ ਪਰਨੇਸਰ ਹੋਰੀ ਜੋ ਇਸ ਪ੍ਰੋਗਰਾਮ ਔਰਗਨਾਈਜ਼ ਕਰ ਰਹੇ ਨੇ, ਕਾਫੀ ਸੋਹਣਾ ਇਕੱਠ ਆ ਅਤੇ ਇੰਡੀਆ ਤੋਂ ਕਾਫੀ ਜਿਹੜੇ ਪਿਆਰੇ ਸਿੰਗਰ ਆਏ ਹੋਏ ਨੇ ਅਤੇ ਲੋਕ ਬਹੁਤ ਇੰਜੋਏ ਕਰ ਰਹੇ ਨੇ। ਮੈਂ ਸਮਝਦਾ ਕਿ ਇਸ ਤਰ੍ਹਾਂ ਜਿਹੜੇ ਪ੍ਰੋਗਰਾਮ ਨੇ ਸਾਡੀ ਕਮਿਊਨਿਟੀ ਦੇ ਵਿੱਚ ਜਦੋਂ ਹੁੰਦੇ ਨੇ, ਪਰਿਵਾਰ ਉਹਨੂੰ ਆ ਕੇ ਦੇਖਦੇ ਨੇ, ਬੱਚਿਆਂ ਦੇ ਨਾਲ ਉਹਦੀ ਇੰਜੋਇਮੈਂਟ ਕਰਦੇ ਨੇ ਤਾਂ ਬੜਾ ਵਧੀਆ ਲੱਗਦਾ। ਖਾਲਸਾ ਸਿਰਜਣਾ ਦਿਵਸ 'ਤੇ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਅਸੀਂ ਇਸ ਸ਼ੋਅ 'ਤੇ ਵਿਸਾਖੀ ਮੇਲਾ ਮਨਾਉਣ ਆਏ ਹਾਂ। ਸ਼ਾਨੇ ਐਂਟਰਟੇਨਰਸ ਕਮਲ ਘੁੰਮਣ ਅਤੇ ਨਾਲ ਪਨੇਸਰ ਬ੍ਰਦਰ ਨੂੰ ਇਸ ਸ਼ੋਅ ਦੀ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ। ਪਰਮਾਤਮਾ ਇਸੇ ਤਰ੍ਹਾਂ ਨਵਾਂ ਸਾਲ ਸਾਰੀ ਸਿੱਖ ਜਗਤ ਲਈ ਚੜ੍ਹਦੀ ਕਲਾ ਲਿਆਵੇ। ਆਈ ਲਾਈਕ ਟੂ ਕੰਗਰੈਚੁਲੇਟ ਪੂਰੀ ਪੰਜਾਬੀ ਕਮਿਊਨਿਟੀ ਨੂੰ ਇੱਦਾਂ ਦੇ ਸ਼ੋਅ ਵਿਸਾਖੀ ਦੇ ਦਿਨ। ਅਸੀਂ ਬਹੁਤ ਐਕਸਾਈਟਿਡ ਹਾਂ ਕਿ ਸਾਰੇ ਫੈਮਿਲੀ ਮੈਂਬਰਸ ਇੱਥੇ ਪਹੁੰਚੇ ਨੇ ਅਤੇ ਐਡਮਿੰਟਨ ਦੇ ਵਿੱਚ ਇੱਦਾਂ ਦੇ ਸ਼ੋਅ ਹੋਣੇ ਚਾਹੀਦੇ ਨੇ ਅਤੇ ਆਲ ਦਾ ਪ੍ਰਮੋਟਰਸ ਕੰਗਰੈਚੁਲੇਸ਼ਨ ਐਂਡ ਜੋਬ ਵੈਲ ਡਨ। ਥੈਂਕ ਯੂ। ਸਮੂਹ ਵਤਨ ਟੀ ਵੀ ਵੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਅਤੇ ਨਿੱਘੀ ਜੀ ਆਇਆਂ ਅਤੇ ਸਤਿ ਸ਼੍ਰੀ ਅਕਾਲ। ਅੱਜ ਸਾਡੇ ਸ਼ਹਿਰ ਐਡਮਿੰਟਨ ਦੇ ਵਿੱਚ ਵਿਸਾਖੀ ਮੇਲਾ, ਮੇਰੇ ਵੱਡੇ ਭਰਾ ਕਮਲ ਘੁੰਮਣ, ਪਨੇਸਰ ਤਰਵਿੰਦਰ ਪਨੇਸਰ ਭਾਅ ਜੀ ਅਤੇ ਨਾਲ ਬਸੋਤਾ ਭਾਅ ਜੀ, ਉਹਨਾਂ ਨੇ ਇੱਥੇ ਰੱਖਿਆ ਪੂਰਾ ਭਰਮਾ ਹੁੰਗਾਰਾ ਦਿੱਤਾ। ਕਮਿਊਨਿਟੀ ਨੇ ਸਾਡੀ ਕੀਤੀ ਹੋਈ ਬੇਨਤੀ ਨੂੰ ਸਵੀਕਾਰ ਕੀਤਾ, ਇੱਥੇ ਆ ਕੇ ਚਾਰ ਚੰਨ ਲਾਏ ਨੇ, ਸਾਡੇ ਰੌਣਕਾਂ ਵਧਾਈਆਂ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਨੂੰ ਐਂ ਲੱਗਦਾ ਕਿ ਜਿਵੇਂ ਪੰਜਾਬ ਹੀ ਧਰਤੀ 'ਤੇ ਆ ਗਿਆ ਹੋਏ ਕੈਨੇਡਾ ਦੀ, ਔਰ ਇਹ ਜਿਹੜੇ ਕਲਚਰ ਸ਼ੋਅ ਹੈਗੇ ਆ ਇਹਨਾਂ ਨੇ ਸਾਨੂੰ ਜੋੜ ਕੇ ਰੱਖਿਆ ਆਪਣੀ ਭੌਣ ਨਾਲ, ਇਹਨਾਂ ਨੇ ਸਾਨੂੰ ਜੋੜ ਕੇ ਰੱਖਿਆ ਆਪਣੇ ਕਲਚਰ ਨਾਲ, ਇਹਨਾਂ ਨੇ ਸਾਨੂੰ ਆਪਣੇ ਹੈਰੀਟੇਜ ਨਾਲ ਜੋੜ ਕੇ ਰੱਖਿਆ। ਔਰ ਮੈਂ ਚਾਹਾਂਗਾ ਕਿ ਇੱਦਾਂ ਦੇ ਸ਼ੋਅ ਰੈਗੂਲਰ ਐਡਮਿੰਟਨ 'ਚ ਆਉਣ ਔਰ ਸਾਡਾ ਭਾਈਚਾਰਾ ਜਿਹੜਾ ਵੱਧ ਚੜ੍ਹ ਕੇ ਇਹਦੇ 'ਚ ਪਾਰਟੀਸਪੇਟ ਕਰੇ। ਇਹ ਪੰਜਾਬੀ ਭਾਈਚਾਰੇ ਦੀ ਸੇਵਾ ਕਰ ਰਹੇ ਆ ਘੁੰਮਣ ਸਾਹਿਬ, ਇਹੋ ਜਿਹੇ ਪੰਜਾਬੀ ਸ਼ੋਅ ਹੋਣੇ ਚਾਹੀਦੇ ਆ ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਜਿਹੜੇ ਸ਼ੋਅ ਕਰਾ ਰਹੇ ਭਾਈ ਆਪਣੇ, ਅਤੇ ਵੱਧ ਚੜ੍ਹ ਕੇ ਆਪਣੀ ਪੰਜਾਬੀ ਦੀ ਸੇਵਾ ਕਰ ਰਹੇ ਆ, ਬਹੁਤ ਵਧੀਆ, ਇਹਨਾਂ ਦਾ ਧੰਨਵਾਦ ਕਰਦਾ। ਇਹ ਸ਼ੋਅ ਹੋਣੇ ਚਾਹੀਦੇ ਹੈ। ਇਸ ਇਹੋ ਜਿਹੇ ਪ੍ਰੋਗਰਾਮ ਕਰਨ ਵਾਲੇ ਪ੍ਰਮੋਟਰਸ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਜੇ ਇਹ ਜਿਹੜੇ ਪ੍ਰੋਗਰਾਮ ਨੇ ਸਾਡੀ ਕਮਿਊਨਿਟੀ ਅਤੇ ਪੰਜਾਬੀਅਤ ਦੇ ਲਈ ਬਹੁਤ ਹੀ ਵਧੀਆ ਹੁੰਦੇ ਨੇ ਅਤੇ ਇਹੋ ਜਿਹੇ ਕੰਟੀਨਿਊ ਰਹਿਣੇ ਚਾਹੀਦੇ ਨੇ। ਅਸੀਂ ਇਹਨਾਂ ਦੀ ਸਪੋਰਟ ਕਰਦੇ ਹਾਂ ਅਤੇ ਫਿਰ ਉਹਨਾਂ ਨੂੰ ਵਾਰ ਵਾਰ ਮੁਬਾਰਕਬਾਦ ਦਿੰਦੇ ਹਾਂ ਅਤੇ ਇਸ ਪ੍ਰੋਗਰਾਮ ਨੂੰ ਅਸੀਂ ਸਾਡੇ ਸਾਰੇ ਸਹਿਯੋਗ ਦਿੱਤਾ ਅਤੇ ਪ੍ਰੋਗਰਾਮ ਬਹੁਤ ਹੀ ਸਫਲ ਹੋਇਆ। ਸਾਡਾ ਮੇਨ ਮਕਸਦ ਉਰੇ ਦੇ ਜਵਾਕਾਂ ਨੂੰ ਵਿਸਾਖੀ ਬਾਰੇ ਦੱਸਣਾ, ਵਿਸਾਖੀ ਬਾਰੇ ਇਹਨਾਂ ਨੂੰ ਨੌਲੇਜ ਕਰਨੀ ਵੀ ਵਿਸਾਖੀ ਇੱਕ ਆਪਣਾ ਇੱਕ ਕਿੱਦਾਂ ਦਾ ਤਿਉਹਾਰ ਆ, ਅਸੀਂ ਕਿੱਦਾਂ ਮਨਾਉਂਦੇ ਹਾਂ ਅਤੇ ਸਾਡਾ ਇਹਦਾ ਕੀ ਪਿਛੋਕੜ ਹੈ, ਸਿੱਖੀ ਇੱਥੋਂ ਸਿੱਖੀ ਦਾ ਯਾਨੀ ਦੀ ਫਸਟ ਯਾਨੀ ਦੀ ਵਿਸਾਖੀ ਵਾਲੇ ਦਿਨ ਤੋਂ ਸ਼ੁਰੂ ਹੋਈ, ਜਵਾਕਾਂ ਨੂੰ ਇਹਦੇ ਬਾਰੇ ਦੱਸਣਾ ਸਾਡਾ ਮੇਨ ਮਕਸਦ ਆ। ਇਸ ਕਰਕੇ ਅਸੀਂ ਵਿਸਾਖੀ ਦਾ ਸ਼ੋ ਹਰ ਸਾਲ ਕਰਵਾਉਂਦੇ ਹਾਂ। ਵਿਸਾਖੀ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਆਪਣਾ, ਵੈਰੀ ਗੁੱਡ, ਬਹੁਤ ਵਧੀਆ ਲੱਗ ਰਿਹਾ। ਅਤੇ ਮੇਰਾ ਨਾਮ ਰਮਨ ਥਿਨ, ਸੋ ਆਈ ਐਮ ਵਰਕਿੰਗ ਐਜ਼ ਏ ਰਿਅਲਟਰ। ਸੋ ਬੜੀ ਖੁਸ਼ੀ ਹੋਈ, ਸੱਤ ਸਮੁੰਦਰੋਂ ਪਾਰ ਅਸੀਂ ਇਸ ਚੀਜ਼ ਨੂੰ ਦੇਖ ਰਹੇ, ਇੱਥੇ ਮਨਾ ਰਹੇ ਹਾਂ ਵਿਸਾਖੀ, ਜਿਹੜੇ ਅਸੀਂ ਅੱਜ ਪੰਜਾਬ 'ਚ ਭੁੱਲਦੇ ਜਾ ਰਹੇ ਹਾਂ, ਅਤੇ ਇਸ ਚੀਜ਼ ਨੂੰ ਇੱਥੇ ਇੰਜੋਏ ਕਰਕੇ ਜਾਂ ਵਿਸਾਖੀ ਨੂੰ ਮਨਾ ਕੇ
ਅਸੀਂ ਆਪਣੀ ਪੰਜਾਬੀ ਨੂੰ ਬਰਕਰਾਰ ਰੱਖ ਰਹੇ ਹਾਂ, ਆਪਣੇ ਕਲਚਰ ਨੂੰ ਬਰਕਰਾਰ ਰੱਖ ਰਹੇ ਹਾਂ। ਇਹਦੇ ਨਾਲ ਮੈਂ ਸਭ ਤੋਂ ਪਹਿਲਾਂ ਥੈਂਕਸ ਕਹਿਣਾ ਚਾਹੁੰਦਾ ਜਿਹੜੇ ਬੰਦਿਆਂ ਨੇ ਇਸ ਚੀਜ਼ ਨੂੰ ਔਰਗਨਾਈਜ਼ ਕੀਤਾ, ਸਪੈਸ਼ਲੀ ਮਿਸਟਰ ਬਸੋਤਾ ਜੀ ਅਤੇ ਬਾਕੀ ਜਿਹੜੇ ਸਾਰੇ ਬਿਜ਼ਨਸ ਵਾਲੇ ਔਰਗਨਾਈਜੇਸ਼ਨ ਨੇ ਹੈਲਪ ਕੀਤੀ ਹੈ। ਸੋ ਇਹੋ ਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਅਤੇ ਇਹ ਪੰਜਾਬੀ ਆਪਣੀ ਮਾਂ ਬੋਲੀ ਲਈ ਬੜਾ ਵਧੀਆ। ਅਤੇ ਮੈਂ ਵਿਸਾਖੀ ਦੀ ਸਾਰਿਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦੇਣਾ। ਜਦੋਂ ਵੀ ਵਿਸਾਖੀ ਆਉਂਦੀ ਹੈ ਅਤੇ ਨਾਲ ਨਾਲ ਵਿਸਾਖੀ ਦੇ ਦੇਖੋ ਐਡਮਿੰਟਨ ਦੇ ਵਿੱਚ ਅਜੇ ਵੀ ਬਰਫ਼ ਦੇ ਢੇਰ ਲੱਗੇ ਆ, ਪਰ ਉਹ ਹੌਲੀ ਹੌਲੀ ਖੁਰਨੀ ਸ਼ੁਰੂ ਹੋਈ ਆ। ਸਾਡੇ ਸ਼ਹਿਰ ਦੇ ਵਿੱਚ ਬੜੀ ਖੁਸ਼ੀ ਆ ਕਿ ਦੁਬਾਰਾ ਫਿਰ ਗਰਮੀਆਂ ਵਰਗਾ ਸ਼ੁਰੂਆਤ ਹੋਈ ਆ ਮੌਸਮ ਦੀ, ਪਰ ਅਜੇ ਵੀ ਬਾਹਰ ਅੱਜ ਦੇਖਿਆ ਕਿ ਸਨੋਅ ਦੇ ਫੰਬੇ ਡਿੱਗ ਰਹੇ ਸੀਗੇ। ਪਰ ਵਧੀਆ ਗੱਲ ਆ, ਪੰਜਾਬ ਤੋਂ ਇਹੋ ਜਿਹੇ ਪ੍ਰੋਗਰਾਮ ਜਿਹੜੇ ਆਉਣੇ ਚਾਹੀਦੇ ਆ ਤਾਂ ਕਿ ਥੋੜ੍ਹੀ ਜਿਹੀ ਗਰਮਾਇਸ਼ ਦੇਣ ਸਾਨੂੰ ਇੰਨੀ ਠੰਡ ਵਿੱਚ। ਬਹੁਤ ਵਧੀਆ ਲੱਗਦਾ ਪੰਜਾਬ ਦੇ ਵਿੱਚ, ਅਤੇ ਜਿਹੜਾ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ ਲੰਬੜਾਂ ਅਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ। ਪੰਜਾਬ ਦੇ ਵੀ ਤਾਂ ਇਹੋ ਜਿਹੀਆਂ ਖੁਸ਼ੀਆਂ ਨੇ ਅਤੇ ਅਸੀਂ ਬਾਹਰ ਬੈਠੇ ਉਹਨਾਂ ਖੁਸ਼ੀਆਂ ਦਾ ਆਨੰਦ ਮਾਣ ਰਹੇ ਹਾਂ। ਸਾਰੇ ਭਾਈਚਾਰੇ ਵਾਸਤੇ ਆਪਣਾ ਸੱਭਿਆਚਾਰ ਜਿਹੜਾ ਸਾਡਾ ਉਹ ਬਹੁਤ ਹੀ ਮਾਇਨੇ ਰੱਖਦਾ ਆ, ਅਤੇ ਅਸੀਂ ਬੜੇ ਖੁਸ਼ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਪੰਜਾਬ ਤੋਂ ਆ ਕੇ ਵਿਸਾਖੀ ਵਰਗਾ ਰੰਗ ਜਿਹੜਾ ਆ ਸੁਨਹਿਰੀ ਰੰਗ ਖਿਲਾਰਦੇ ਨੇ ਸਾਡੇ ਸ਼ਹਿਰ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਅਦਾਰਾ ਰੇਡੀਓ ਪੰਜਾਬ ਵੱਲੋਂ ਸਾਰੇ ਐਡਮਿੰਟਨ ਵਾਸੀਆਂ ਨੂੰ ਲੱਖ ਲੱਖ ਵਿਸਾਖੀ ਦੀ ਵਧਾਈ ਦਿੰਦਾ, ਅਤੇ ਡੈਫੀਨੇਟਲੀ ਇੱਦਾਂ ਦੇ ਸ਼ੋਅ ਲਿਆਉਣ ਨਾਲ ਸਾਡੀ ਕਮਿਊਨਿਟੀ ਦੇ ਵਿੱਚ ਆਉਣ ਵਾਲੀ ਆਪਣੀ ਯੂਥ ਅਤੇ ਬੱਚਿਆਂ ਨੂੰ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ, ਅਤੇ ਇੱਦਾਂ ਦੇ ਸ਼ੋਅ ਕਰਾਉਣ ਨਾਲ ਸਾਡੇ ਜਿਹੜੇ ਪ੍ਰਮੋਟਰ ਕਮਲ ਘੁੰਮਣ ਜੀ, ਇਹਨਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ, ਅਤੇ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਆਪਣੀ ਕਮਿਊਨਿਟੀ ਵੱਲੋਂ। ਅਤੇ ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਐਡਮਿੰਟਨ ਵਾਸੀ ਆ ਇਹਨਾਂ ਨੂੰ ਇੱਦਾਂ ਹੀ ਸਹਿਯੋਗ ਦੇਣ। ਅਸਲ ਵਿੱਚ ਇਹ ਸਾਡਾ ਇੱਕ ਤੁੱਛ ਜਿਹਾ ਉਪਰਾਲਾ ਹੈ ਕਿ ਇੱਥੇ ਵਾਸਤੇ ਪੰਜਾਬੀਆਂ ਦੇ ਮਨੋਰੰਜਨ ਲਈ ਇੱਕ ਨਿੱਗਰ ਉਪਰਾਲਾ ਕਰੀਏ। ਇਸੇ ਉਪਰਾਲੇ ਦੇ ਤਹਿਤ ਅੱਜ ਅਸੀਂ ਵਿਸਾਖੀ ਸ਼ੋਅ ਕੀਤਾ ਹੈ, ਜਿਸ ਦੇ ਵਿੱਚ ਪੰਜਾਬ ਦੇ ਮੰਨੇ ਪਰਮੰਨੇ ਕਲਾਕਾਰ ਪਹੁੰਚੇ ਹਨ।